ਸਤਿਕਾਰ ਸਵਾਗਤ ਕਰਦੇ ਆ ਤੁਹਾਡਾ ਆਪਣੇ ਨਿਊ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਵੀ ਬਹੁਤ ਹੀ ਵਧੀਆ ਤੇ ਨਵੇਂ ਸਾਲ 'ਚ ਆਪਾਂ ਬਣਾ ਰਹੇ ਹਾਂ ਆਪਣਾ ਜੋ ਕਿ ਗਾਜਰ ਦਾ ਹਲਵਾ ਆ ਦੇਖੋ ਆਪਾਂ ਪੂਰੀਆਂ ਲਾਲ ਲਾਲ ਗਾਜਰਾਂ ਲਈਆਂ ਨੇਗੀਆਂ ਅਤੇ ਇਹਨਾਂ ਦਾ ਪੂਰਾ ਜਿੱਦਾਂ ਆਪਾਂ ਪੰਜਾਬੀਆਂ 'ਚ ਬਣਾਉਂਦੇ ਹਾਂ ਉੱਦਾਂ ਹੀ ਤੁਹਾਡੇ ਨਾਲ ਪੂਰੀ ਰੈਸਪੀ ਸ਼ੇਅਰ ਕਰਾਂਗੇ ਅਤੇ ਬਸ ਆਹ ਦੇਖੋ ਮੈਂ ਗਾਜਰਾਂ ਨੂੰ ਕੱਦੂਕਸ ਕਰ ਰਹੀ ਸੀ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਕਰੂੰਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵਧੀਆ ਨਾ ਲੱਗੀ ਤਾਂ ਡਿਸਲਾਈਕ ਵੀ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਕਰਿਆ ਜ਼ਰੂਰ ਕਰੋ ਕਿਉਂਕਿ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਅਤੇ ਬਾਕੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਅਤੇ ਚਲੋ ਜੀ ਫਿਰ ਬਣੇ ਰਹੋ ਵੀਡੀਓ ਦੇ ਵਿੱਚ ਤੁਸੀਂ ਵੀ ਇਸ ਨਵੇਂ ਸਾਲ 'ਤੇ ਇਹ ਵਾਲੇ ਗਜਰੇਲੇ ਦੀ ਰੈਸਪੀ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਅਤੇ ਬੜਾ ਹੀ ਟੇਸਟੀ ਬਿਲਕੁਲ ਆਪਾਂ ਜਿੱਦਾਂ ਹਲਵਾਈ ਬਣਾਉਂਦੇ ਹੁੰਦੇ ਨੇ ਉੱਦਾਂ ਬਣਾਵਾਂਗੇ ਤਾਂ ਹੀ ਆਪਾਂ ਦੇਖੋ ਤਰੀਕੇ ਤਾਂ ਵੈਸੇ ਅੱਜ ਕੱਲ੍ਹ ਕਾਫੀ ਆ ਗਏ ਹਲਵੇ ਬਣਾਉਣ ਦੇ ਅਤੇ ਉੱਦਾਂ ਹੀ ਬਸ ਪ੍ਰੈਸ਼ਰ ਕੁੱਕਰ ਦੇ ਵਿੱਚ ਕੱਟ ਕੇ ਅਤੇ ਉਬਾਲ ਲਓ ਬਸ ਗਾਜਰਾਂ ਨੂੰ ਸਟੀਮ ਕਰ ਲਓ ਜਾਂ ਇਹਨਾਂ ਦੇ ਰਫਲੀ ਪੀਸ ਕਰ ਲਓ ਪਰ ਜੋ ਟ੍ਰੈਡੀਸ਼ਨਲ ਤਰੀਕਾ ਵਾ ਜੋ ਪਹਿਲਾਂ ਤੋਂ ਚੱਲਦਾ ਆ ਰਿਹਾ ਜਿੱਦਾਂ ਹਲਵਾਈ ਬਣਾਉਂਦੇ ਨੇਗੇ ਆਪਾਂ ਉਹ ਤਰੀਕੇ ਨਾਲ ਹੀ ਬਣਾਵਾਂਗੇ ਕਿਉਂਕਿ ਜੇ ਆਪਾਂ ਪ੍ਰੋਪਰ ਗਜਰੇਲਾ ਗਾਜਰ ਪਾ ਖਾਣਾ ਤਾਂ ਉਹ ਇੱਦਾਂ ਹੀ ਕੱਦੂਕਸ ਕਰਕੇ ਹੀ ਬਣਦਾ ਉਹ ਗੱਲਬਾਤ ਆਪਾਂ ਕਹਿ ਦਿੰਦੇ ਹਾਂਗੇ ਵੀ ਹਾਂ ਤੁਸੀਂ ਇਹਨੂੰ ਵੀ ਬਿਨਾਂ ਮਿਹਨਤ ਦੇ ਤੁਸੀਂ ਗਾਜਰ ਦਾ ਹਲਵਾ ਬਣਾ ਲਓ ਇਹਨੂੰ ਬੜੇ ਬੜੇ ਪੀਸਿਸ ਦੇ ਵਿੱਚ ਕਰ ਲਓ ਫਿਰ ਕੁੱਕਰ 'ਚ ਸੀਟੀ ਲਵਾ ਲਓ ਪਰ ਉਹ ਗੱਲਬਾਤ ਨਹੀਂ ਬਣਦੀ ਹੈਗੀ ਜੇ ਤੁਸੀਂ ਵੀ ਪੂਰਾ ਲਾਜਵਾਬ ਜਿੱਦਾਂ ਵਿਆਹਾਂ ਸ਼ਾਦੀਆਂ 'ਤੇ ਆਪਾਂ ਖਾਂਦੇ ਹਾਂ ਉਹ ਖਾਣਾ ਚਾਹੁੰਦੇ ਹਾਂ ਤਾਂ ਥੋੜ੍ਹੀ ਜਿਹੀ ਤਾਂ ਫਿਰ ਮਿਹਨਤ ਕਰਨੀ ਪੈਣੀ ਹੋਈ ਹੈਗੀ ਅਤੇ ਆਹ ਦੇਖੋ ਬਸ ਆਪਾਂ ਗਾਜਰਾਂ ਨੂੰ ਕੱਦੂਕਸ ਕਰਕੇ ਅਤੇ ਫਿਰ ਨੈਕਸਟ ਸਟੈਪ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਆਪਾਂ ਕਿੱਦਾਂ ਬਣਾਵਾਂਗੇ ਅਤੇ ਕਈ ਜਿੱਦਾਂ ਦੁੱਧ ਵਿੱਚ ਵੀ ਉਬਾਲ ਲੈਂਦੇ ਨੇਗੇ ਗਾਜਰਾਂ ਨੂੰ ਵੀ ਪਰ ਆਪਾਂ ਕਿੱਦਾਂ ਬਣਾਵਾਂਗੇ ਮੈਂ ਤੁਹਾਨੂੰ ਆਪਣਾ ਤਰੀਕਾ ਦੱਸੂੰਗੀ ਅਤੇ ਬਣੇ ਰਹੋ ਅਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਅਤੇ ਨਵੇਂ ਸਾਲ ਦੀ ਆਪਣੀ ਇਹ ਪਹਿਲਾ ਗਾਜਰ ਪਾਕ ਹੈਗਾ ਅਤੇ ਵੈਸੇ ਆਪਾਂ ਬਣਾਇਆ ਵੀ ਨਹੀਂ ਸੀ ਬਾਈ ਦੇ ਵਿੱਚ ਵੀ ਬਣਾਇਆ ਨਹੀਂ ਸੀ ਪੰਜੀਰੀ ਤਾਂ ਬਣਾ ਲਈ ਸੀ ਪਿੰਨੀਆਂ ਵੀ ਬਣਾ ਲਈਆਂ ਸੀ ਪਰ ਗਾਜਰ ਪਾਕ ਨਹੀਂ ਸੀ ਬਣਾਇਆ ਅਤੇ ਮੈਂ ਕਿਹਾ ਚਲੋ ਕੱਲ੍ਹ ਆਪਾਂ ਗਏ ਸੀ ਬਾਜ਼ਾਰ ਅਤੇ ਉਹ ਵੀ ਤੁਹਾਡੇ ਨਾਲ ਇਸੇ ਵਲੌਗ ਦੇ ਵਿੱਚ ਸ਼ੇਅਰ ਕਰ ਦੂੰ ਕਿਉਂਕਿ ਉਹ ਬਹੁਤਾ ਲੰਮਾ ਪਾਰਟ ਨਹੀਂ ਸੀਗਾ ਛੋਟਾ ਜਿਹਾ ਹੀ ਬਸ ਕਲਿੱਪ ਸੀਗੀਆਂ ਉਹਦੀਆਂ ਅਤੇ ਅਨਮੋਲ ਕਿਉਂਕਿ ਕਾਫੀ ਟਾਈਮ ਤੋਂ ਕਹਿ ਰਿਹਾ ਸੀ ਵੀ ਮੈਂ ਪਾਰਟੀ ਕਰਨੀ ਹੈਗੀ ਅਤੇ ਇਸ ਕਰਕੇ ਫਿਰ ਕੱਲ੍ਹ ਆਪਾਂ ਗਏ ਸੀਗੇ ਬਾਜ਼ਾਰ ਅਤੇ ਨਾਲੇ ਗਏ ਸੀ ਮੰਮੀ ਹੋਣਾ ਕੋਲ ਵੀ ਪਿੰਡ ਅਤੇ ਫਿਰ ਆਉਂਦੇ ਹੋਏ ਅਸੀਂ ਕੱਲ੍ਹ ਗਾਜਰਾਂ ਲੈ ਆਏ ਸੀ ਬਸ ਆਹ ਦੇਖੋ ਕੱਦੂਕਸ ਕਰਕੇ ਗਾਜਰਾਂ ਨੂੰ ਇੱਥੇ ਆਪਾਂ ਚੁਰਤੇ ਹੀ ਬਣਾਵਾਂਗੇ ਅੱਜ ਤਾਂ ਵੈਸੇ ਧੁੱਪ ਬਿਲਕੁਲ ਨਹੀਂ ਨਿਕਲੀ ਹੈਗੀ ਬਿਲਕੁਲ ਲਾਲ ਲਾਲ ਗਾਜਰਾਂ ਨੇ ਆਹ ਦੇਖੋ ਬਸ ਇਹ ਖਾਸ ਧਿਆਨ ਰੱਖਣਾ ਗਾਜਰ ਬਿਲਕੁਲ ਲਾਲ ਲੈਣੀ ਆ ਦੇਖੋ ਮੈਂ ਇਹਦਾ ਨਾ ਜੋੜਾ ਆਪਾਂ ਆਲੂ ਛਿੱਲਣਾ ਹੁੰਦਾ ਉਹਦੇ ਨਾਲ ਇਹਦੀ ਸਾਰੀ ਉੱਪਰਲੀ ਸਕਿਨ ਲਗਾਤੀ ਸੀ ਆਹ ਦੇਖੋ ਬਿਲਕੁਲ ਲਾਲ ਲਾਲ ਗਾਜਰ ਆ ਗਈ ਅਤੇ ਕਿਉਂਕਿ ਜਿੱਦਾਂ ਆਪਾਂ ਇੱਦਾਂ ਗਾਜਰ ਪਹਿਲਾਂ ਹੀ ਲਾਲ ਰੰਗ ਦੀ ਲੈਂਦੇ ਹਾਂ ਨਾ ਫਿਰ ਬਾਅਦ 'ਚ ਆਪਾਂ ਨੂੰ ਕੋਈ ਵੀ ਇੱਦਾਂ ਫੂਡ ਕਲਰ ਪਾਉਣ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਕਿਉਂਕਿ ਜਿੰਨਾ ਚਿਰ ਇੱਕ ਚੀਜ਼ ਅੱਖਾਂ ਨੂੰ ਨਾ ਵਧੀਆ ਲੱਗੇ ਉਨ੍ਹਾਂ 'ਚ ਖਾਣ ਨੂੰ ਵੀ ਨਹੀਂ ਪਹਿਲਾਂ ਅੱਖਾਂ ਦੇਖਦੀਆਂ ਨੇ ਫਿਰ ਆਪਾਂ ਖਾਂਦੇ ਹਾਂਗੇ ਅਤੇ ਬਸ ਆਹ ਦੇਖੋ ਕੱਦੂਕਸ ਕਰਕੇ ਸਾਰੀਆਂ 5 ਕਿਲੋ ਗਾਜਰਾਂ ਨੇ ਹੈਗੀਆਂ ਆਪਣੇ ਕੋਲ ਹਾਂਜੀ ਆਪਾਂ ਕਰ ਰਹੇ ਸੀ ਗਾਜਰ ਪਾਕ ਦੀ ਤਿਆਰੀ ਆ ਦੇਖੋ ਕੜਾਹੀ ਮੈਂ ਬਾਹਰ ਕੱਢ ਲਈ ਅਤੇ ਨਾਲ ਹੀ ਆਪਾਂ ਧੋਵਾਂਗੇ ਕੱਪੜੇ ਕਿਉਂਕਿ ਸਵੇਰੇ ਤੁਹਾਨੂੰ ਪਤਾ ਹੀ ਹੈਗਾ ਵੀ ਧੁੰਦ ਵਗੈਰਾ ਕਾਫੀ ਜ਼ਿਆਦਾ ਹੋ ਜਾਂਦੀ ਆ ਅਤੇ ਫਿਰ ਪਾਣੀ 'ਚ ਹੱਥ ਪਾਉਣ ਨੂੰ ਜੀ ਨਹੀਂ ਕਰਦਾ ਹੈਗਾ ਤਾਂ ਕਰਕੇ ਫਿਰ ਮੈਂ ਸ਼ਾਮ ਨੂੰ ਕਈ ਵਾਰੀ ਧੋਦਾ ਨਹੀਂ ਹੁੰਦੀ ਹੈਗੀ ਅਤੇ ਸਵੇਰੇ ਫਿਰ ਸੁੱਕਣੇ ਪੈ ਜਾਣਗੇ ਅਤੇ ਹੁਣ ਆਪਾਂ ਧੋ ਕੇ ਬਸ ਇੱਦਾਂ ਮਸ਼ੀਨ 'ਚ ਹੀ ਰੱਖ ਦੇਣੇ ਆਗੇ ਸਾਰਾ ਕੁਛ ਕਚਲ ਕੇ ਅਤੇ ਆ ਦੇਖੋ ਮੈਂ ਪਾਣੀ ਕੱਢ ਰਹੀ ਸੀ ਗਰਮ ਅਤੇ ਇੱਧਰ ਵੀ ਉਚਾਈ ਆ ਅੱਗ ਪਾਣੀ ਹੋਰ ਗਰਮ ਹੋ ਜਾਊਗਾ ਭੱਠੀ 'ਚ ਅਤੇ ਥੋੜ੍ਹਾ ਜਿਹਾ ਕੋਸਾ ਪਾਣੀ ਪਾ ਲਈਦਾ ਤਾਂ ਜੋ ਕੱਪੜੇ ਵਧੀਆ ਨਿਖਰ ਜਾਂਦੇ ਨੇਗੇ ਅਤੇ ਠੰਡਾ ਵੀ ਨਹੀਂ ਲੱਗਦਾ ਫਿਰ ਪਾਣੀ ਅਤੇ ਬਾਕੀ ਆਪਾਂ ਚੁਰਤੇ ਮਚਾਉਂਦੇ ਹਾਂ ਅੱਗ ਫਿਰ ਆਪਾਂ ਧਰਦੇ ਆਪਣੀ ਕੜਾਹੀ ਵੀ ਅਤੇ ਬਣਾਉਂਦੇ ਅੱਜ ਖੋਆ ਪਹਿਲਾਂ ਆਪਾਂ ਹੁਣ ਕੱਪੜੇ ਉਹ ਕਰ ਦਈਏ
ਆਉਂਦੀ ਹਾਂ। ਗੀਜ਼ਰ 'ਚ ਆਪਾਂ ਮਚਾਈ ਸੀ ਅੱਗ, ਉੱਧਰ ਹੀ ਲੈ ਆਈ ਅੱਗ ਮੈਂ। ਮਰਚਦੇ ਮਰਚਦੇ ਬਸ ਜਿਹੜਾ ਹੈਰਾਨ ਕਰਦੀ ਫਿਰ ਬਹੁਤ ਹੀ ਹੈਰਾਨ ਕਰਦੀ। ਲਿਓ ਜੀ ਲਿਆ ਜੀ ਮੈਂ ਦੁੱਧ ਲੈ ਕੇ ਆਉਂਦੀ ਹਾਂ। चार लीटर आई दुख तो हूँ आप देखना अपना जोड़ा खोआ वा वो कि ਸਾਢੇ ਚਾਰ ਕਿਲੋ ਦੁੱਧ ਲਿਆ ਆਪਾਂ ਘਰ ਦਾ ਦੁੱਧ ਹੈਗਾ ਮੱਝ ਦਾ ਦੁੱਧ ਆ ਅਤੇ ਪੂਰਾ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਣਾ ਕਿੰਨਾ ਨਿਕਲਿਆ ਖੋਆ ਅਤੇ ਕਿਉਂਕਿ ਇੱਕ ਵਿਊਅਰ ਨੇ ਕਮੈਂਟ ਕੀਤਾ ਸੀ ਕਿ ਵੀ ਸਾਨੂੰ ਦੱਸਿਓ ਵੀ 5 ਕਿਲੋ ਦੁੱਧ ਦੇ ਵਿੱਚੋਂ ਖੋਆ ਕਿੰਨਾ ਨਿਕਲੂਗਾ ਪਰ ਆਪਣਾ ਹੈਗਾ 4.5 ਕਿਲੋ ਅਤੇ 4.5 ਕਿਲੋ ਪੂਰਾ ਦੁੱਧ ਹੈਗਾ ਪੂਰਾ ਜਾਂਦੀ ਕਿ ਆਪਣਾ ਮੱਝ ਦਾ ਦੁੱਧ ਆ ਜਿਹੜਾ ਕਾੜਾ ਦੁੱਧ ਹੈਗਾ ਅਤੇ ਇਸ ਕਰਕੇ ਆਪਾਂ ਫਿਰ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਵੀ ਕਿੰਨਾ ਖੋਆ ਨਿਕਲਿਆ ਵਾ। ਅੱਜ ਤਾਂ ਧੁੱਪ ਬਿਲਕੁਲ ਹੀ ਨਹੀਂ ਨਿਕਲੀ ਹੈਗੀ, ਮਾੜਾ ਜਿਹਾ ਬਸ ਚਮਕਾਰਾ ਪਿਆ ਸੀ ਸੂਰਜ ਦਾ ਪਰ ਨਹੀਂ ਨਿਕਲੀ ਨਹੀਂ ਹੈਗੀ, ਐਵੇਂ ਬਸ ਹੋ ਗਿਆ। ਠੰਡ ਬਹੁਤ ਹੀ ਜ਼ਿਆਦਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਪਹਿਲਾਂ ਖੋਆ ਮਾਰ ਕੇ ਅਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਹੀ ਗਾਜਰ ਸਾਗ ਦੀ ਵੀਡੀਓ ਬਣਾਵਾਂਗੇ ਪਰ ਪਹਿਲਾਂ ਬਸ ਖੋਆ ਮਾਰ ਲਈਏ ਫਿਰ
फिर आप दिखाने उधर कपड़े धोते जा रहे ने धोते गए बस चादर रह गई कली नाल नाल बन रहे अपना गाजर पाक चूल्हे मूहरे बैठे तो निग आ रहा पानी च ज्यादा हाथ पा लेने आ देखा अज मेरे ना चीरा आ गया इत्थे बैठदा हैगा ठंड नहीं लगदी देखो कुछ देख ही नहीं रहा पापा ना बस ओहदे करके बस आप इन्हां नूं चंगी तरह गाजरां नूं भुन्नणा ते फिर आपां तुहानूं दिखांदे आ रंग देखो अपने गजरेले दा किन्ना वधिया आ देखो कोई भी आपां कलर वगैरह नहीं पाया हैगा थल्ले उतारिया दाखा लेनिया ने दाखा दे दो बस होर नहीं है खा लैन दे ना पापा नु भी दो बदाम बस ये तो मैं साइड ते ही करनी इत्थे ना करो ना पिछे नु कोई नहीं वो सारा कुछ तो दिख रहा वीडियो बन दी है ना हां अनमोल इधर आ जा बेटा रंग देखो किन्ना सोहना गाजर लाल
ਜੇ ਹੁਣ ਆਪਾਂ ਪਹਿਲਾਂ ਹੀ ਇਹਨਾਂ ਨੂੰ ਦੁੱਧ ਚ ਫੇਰ ਇਹਨਾਂ ਨੂੰ ਚਿੱਟੀਆਂ ਚਿੱਟੀਆਂ ਹੋ ਜਾਣਾ ਸੀ। ਹਾਂਜੀ इधरों भी आके मार देना इन हां इतों का थकी लाल गाजर आ पे बस करना। हाँ।